ਹੈਲੋ ਫਰੈਂਡਸ ਗਿਲਜ਼ ਮੈਂਟਰ ਈ-ਲਰਨਿੰਗ ਪਲੈਟਫਾਰਮ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਰੈਡੀ ਆ ਆਪਣੀ ਕਲਾਸ ਦੇ ਨਾਲ ਕਲਾਸ ਜਿਹੜੀ ਆਪਣੀ ਸਟੈਟਿਕ ਕਲਾਸ ਹੁੰਦੀ ਹੈ ਇਸ ਦੇ ਵਿੱਚ ਆਪਾਂ ਐਂਟੀਟੀ ਹੋ ਗਿਆ ਪਟਵਾਰੀ ਹੋ ਗਿਆ ਇਹ ਡਿਫਰੈਂਟ ਡਿਫਰੈਂਟ ਐਗਜ਼ਾਮਸ ਦੇ ਲਈ ਸਟੈਟਿਕ ਪੋਰਸ਼ਨ ਨੂੰ ਆਪਣਾ ਡਿਸਕਸ ਕਰਦੇ ਹੁੰਦੇ ਠੀਕ ਹੈ ਆਪਾਂ ਕਿਸ ਤਰੀਕੇ ਨਾਲ ਡਿਸਕਸ ਕਰਦੇ ਆ ਕਲਾਸ ਪਹਿਲੇ ਉਹ ਦੱਸ ਦਿੰਦੇ ਆ ਕਿ ਕਲਾਸ ਨੂੰ ਜੋ ਬੱਚੇ ਪਹਿਲੀ ਵਾਰ ਦੇਖ ਰਹੇ ਨੇ ਤਾਂ ਜਿਹੜੀ ਇਹ ਕਲਾਸ ਹੈ ਬੇਸਿਕਲੀ ਇਸ ਦੇ ਵਿੱਚ ਆਪਾਂ ਤਕਰੀਬਨ 20 ਕੁਐਸਚਨ ਡਿਸਕਸ ਕਰਦੇ ਆ ਜਿਨ੍ਹਾਂ ਦੇ ਨਾਲ ਚਾਰ-ਚਾਰ ਆਪਸ਼ਨਸ ਹੁੰਦੇ ਨੇ ਯਾਨੀ ਕਿ ਟੋਟਲ 80 ਟੋਟਲ 80 ਵਰਡਸ ਆਪਾਂ ਡਿਸਕਸ ਕਰ ਲੈਨੇ ਆ 80 ਚੀਜ਼ਾਂ ਜਿਹਦੇ ਸਟੈਟਿਕ ਕੁਸ਼ਨ ਦੇ ਵਿੱਚ ਆਪਣੇ ਕੁਸ਼ਨ ਬਣ ਸਕਦੇ ਨੇ ਆਪਾਂ ਉਹਨਾਂ ਨੂੰ ਡਿਸਕਸ ਕਰਦੇ ਆ ਠੀਕ ਹੈ ਔਰ ਇੰਪੋਰਟੈਂਟ ਇਹ ਰਹਿੰਦੇ ਨੇ ਅਗਰ ਗੱਲ ਕਰਦੇ ਆ 80 ਦੇ ਵਿੱਚੋਂ ਕੋਈ ਨਾ ਕੋਈ ਕੁਸ਼ਨ ਜ਼ਰੂਰ ਹੋਏਗਾ ਜਿਹੜਾ ਤੁਹਾਡੇ ਨਾਲ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਫਿੱਟ ਹੁੰਦਾ ਠੀਕ ਹੈ ਇਸ ਕਰਕੇ ਸਭ ਤੋਂ ਪਹਿਲੇ ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦੋ ਜਿੱਥੇ ਸ਼ੇਅਰ ਕਰ ਸਕਦੇ ਹੋ ਸਟਾਰਟ ਕਰਾਂਗੇ ਸੈਸ਼ਨ ਸਭ ਤੋਂ ਪਹਿਲੇ चैनल न फर्स्ट टाइम विजिट कर रहे हो चैनल सब्सक्राइब जरूर कर लो फर्स्ट क्वेश्चन है तो फर्स्ट क्वेश्चन रतनामल सलौथ बीयर वाइल्डलाइफ सेंचुरी रतनामल सलौथ बीअर वाइल्डलाइफ सेंचुरी है जो ये किस राज स्टेट के तो यह वाइल्डलाइफ सेंचुरी है जो यथे मिलेगी तो यह मिलेगी गु गुरात कि मिलेगी गुजरात के ठीक है जी ਰਤਨਾਮਲ 슬ੌਥ ਬੀਅਰ ਵਾਈਲਡਲਾਈਫ ਸੈਂਚਰੀ ਇਸੇ ਤਰੀਕੇ ਨਾਲ ਜਿਹੜੀ ਕੁਝ ਵਾਈਲਡਲੈਸ ਸੈਂਚਰੀਜ਼ ਹੁੰਦੀਆਂ ਨੇ ਜਾਂ ਕਹਾਂਗੇ ਅਗਰ ਵਸਤਾ ਵਾਈਲਡਲੈਸ ਸੈਂਚਰੀਜ਼ ਵੀ ਇੰਪੋਰਟੈਂਟ ਨੇ ਪਰ ਉਸ ਤੋਂ ਜ਼ਿਆਦਾ ਅਗਰ ਆਪਾਂ ਗੱਲ ਕਰਦੇ ਹਾਂ ਤੇ ਜੀ ਟਾਈਗਰ ਸੈਂਚਰੀਜ਼ ਹੋ ਗਈਆਂ ਟਾਈਗਰ ਰਿਜ਼ਰਵਸ ਹੋ ਗਏ ਠੀਕ ਹੈ এলিਫੈਂਟ ਰਿਜ਼ਰਵ ਹੋ ਗਏ ਇਹ ਜ਼ਿਆਦਾ ਇੰਪੋਰਟੈਂਟ ਬਣਦੇ ਨੇ ਠੀਕ ਹੈ ਇਹਨਾਂ ਦੇ ਬਾਰੇ ਵੀ ਹੌਲੀ ਹੌਲੀ ਕੁਐਸਚਨ ਡਿਸਕਸ ਕਰਦੇ ਚੱਲਾਂਗੇ ਪਹਿਲੇ ਅਗਰ ਆਪਾਂ ਦਿੱਲੀ ਦੀ ਗੱਲ ਕਰਦੇ ਹਾਂ ਆਪਸ਼ਨਸ ਦੇ ਵਿੱਚ ਦਿੱਲੀ ਦੇ ਵਿੱਚ ਇੱਕ ਇੰਪੋਰਟੈਂਟ ਵਾਈਲਡਲੈਸ ਸੈਂਚਰੀ ਹੈ ਅਸੋਲਾ ਪੱਟੀ ਹਾਲਾਂਕਿ ਹਰਿਆਣਾ ਦੇ ਨਾਲ ਬਾਰਡਰ ਸ਼ੇਅਰ ਕਰਦੀ ਹੈ ਔਰ ਹਰਿਆਣਾ ਔਰ ਦਿੱਲੀ ਦੋਨਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਹਾਫ ਹਿੱਸਾ ਹੈ ਜਿਸ ਤਰੀਕੇ ਨਾਲ ਆਪਾਂ ਪੈਂਚ ਨੈਸ਼ਨਲ ਪਾਰਕ ਡਿਸਕਸ ਕਰਦੇ ਹੁੰਨੇ ਆ ਮਹਾਰਾਸ਼ਟਰ ਔਰ ਐਮਪੀ ਦਾ ਬਾਰਡਰ ਸ਼ੇਅਰ ਹੁੰਦਾ ਹੈ ਪੈਂਚ ਨੈਸ਼ਨਲ ਪਾਰਕ ਦੇ ਨਾਲ ਤਾਂ ਅਸੋਲਾ ਪੱਟੀ ਵਾਇਲਰ ਸੈਂਚਰੀ ਦਿੱਲੀ ਦੇ ਵਿੱਚ ਹੈ ਅਰੁਣਾਚਲ ਪ੍ਰਦੇਸ਼ ਦੀਬੰਗ ਕਮਲਾੰਗ ਕੇਨ ਮਿਹਾਉ ਦੀਬੰਗ ਕਮਲਾੰਗ ਕੇਨ ਔਰ ਮਿਹਾਉ ਵਾਇਲਰ ਸੈਂਚਰੀ ਅਰੁਣਾਚਲ ਪ੍ਰਦੇਸ਼ ਦੇ ਵਿੱਚ ਹੈ ਗੁਜਰਾਤ ਦੀ ਗੱਲ ਕਰਦੀਆਂ ਤਾਂ ਗਾਗਾ ਗਾਗਾ ਜੰਬੂ ਗੋੜਾ 바ਰਦਾ ਗਾਗਾ ਜੰਬੂ ਗੋੜਾ 바ਰਦਾ ਹਰਿਆਣਾ ਹਰਿਆਣਾ ਦੇ ਵਿੱਚ ਬਿੰਦੀਵਾਸ ਵਾਇਲਰ ਸੈਂਚਰੀ ਨਹਾਰ ਵਾਇਲਰ ਸੈਂਚਰੀ ਇਸ ਤੋਂ ਇਲਾਵਾ ਅਗਰ ਪਕਰ ਕਰਦੇ ਚਿੰਚਿੜਾ ਚਿੰਚਿੜਾ ਵਾਇਲਰ ਸੈਂਚਰੀ ਵੀ ਰਾਜਸਥਾਨ ਸੋਰੀ ਹਰਿਆਣਾ ਦੇ ਵਿੱਚ ਪਾਈ ਜਾਂਦੀ ਹੈ ਬਿੰਦੀਵਾਸ ਨਹਾਰ ਚਿਲਚਿਲਾ ਇਸ ਤੋਂ ਇਲਾਵਾ ਸੁਲਤਾਨਪੁਰ ਔਰ ਕਾਲੇਸ਼ਵਰ نیشنل پارک ਹੈ ਹਰਿਆਣਾ ਦੇ ਵਿੱਚ ਠੀਕ ਹੈ ਯਾ ਰੱਖਾਂਗੇ ਨੈਕਸਟ ਵਿਸ਼ ਸ਼ਹਿਰ ਦਿਵਸ ਯਾਨੀ ਕਿ ਵਰਲਡ ਸਿਟिज ਡੇ ਅੱਛਾ ਕੁਝ ਬੱਚੇ ਕਹਿ ਰਹੇ ਸੀ ਕਿ ਕੰਟੈਂਟ ਨੂੰ ਇੰਗਲਿਸ਼ ਦੇ ਵਿੱਚ ਪ੍ਰੋਵਾਈਡ ਕਰੋ ਪਰ ਅਗਰ ਆਪਾਂ ਗੱਲ ਕਰੀਏ ਕਿ ਜਿਹੜਾ ਐਂਟੀਟੀ ਦਾ ਐਗਜ਼ਾਮ ਹੈ ਉਸ ਦੇ ਵਿੱਚ ਜਿਹੜਾ ਕੰਟੈਂਟ ਪੰਜਾਬੀ ਦੇ ਵਿੱਚ ਚਾਹੀਦਾ ਬੱਚਿਆਂ ਨੂੰ ਔਰ ਅਗਰ ਪਟਵਾਰੀ ਦੀ ਗੱਲ ਕਰਦਾ ਤਾਂ ਇੰਗਲਿਸ਼ ਦੇ ਵਿੱਚ ਵੀ ਚਾਹੀਦਾ ਪਰ ਆਪਾਂ ਪੰਜਾਬੀ ਦੇ ਵਿੱਚ ਹੀ ਡਿਸਕਸ ਕਰਾਂਗੇ ਇੱਕੋ ਗੱਲ ਹੈ ਅਗਰ ਆਪਾਂ ਗੱਲ ਕਰਦੇ ਇੰਗਲਿਸ਼ ਦੇ ਵਿੱਚ ਵੀ ਕੋਈ ਜ਼ਿਆਦਾ ਫਰਕ ਨਹੀਂ ਹੈ ਔਰ ਪੰਜਾਬੀ ਦੇ ਵਿੱਚ ਵੀ ਕੋਈ ਜ਼ਿਆਦਾ ਫਰਕ ਨਹੀਂ ਹੈ ਸੋ ਜਿਹੜਾ ਪੰਜਾਬੀ ਦੇ ਵਿੱਚ ਹੈ ਕੰਟੈਂਟ ਮੈਨੂੰ ਬਣਾਉਣਾ ਪੈ ਰਿਹਾ ਹੈ ਪਰ ਇਸੇ ਕਰਕੇ ਬਣਾਣਾ ਪਿਆ ਕਿਉਂਕਿ ਡਿਮਾਂਡ ਜ਼ਿਆਦਾ ਪੰਜਾਬੀ ਦੇ ਵਿੱਚ ਹੈ ਇਸ ਤੋਂ ਇਲਾਵਾ ਆਪਾਂ ਕਰੰਟ ਅਫੇਅਰ ਸੈਸ਼ਨ ਵੀ ਪੰਜਾਬੀ ਦੇ ਵਿੱਚ ਨਾਲ ਨਾਲ ਸ਼ੁਰੂ ਕੀਤਾ ਹੈ ਤਾਂ ਇਹ ਇੰਪੋਰਟੈਂਟ ਬਣ ਰਿਹਾ ਇਸ ਕਰਕੇ ਅਪਸ ਨੂੰ ਪੰਜਾਬੀ ਦੇ ਵਿੱਚ ਹੀ ਡਿਸਕਸ ਕਰਾਂਗੇ ਵਿਸ਼ਵ ਸ਼ਹਿਰ ਦਿਵਸ ਵਿਸ਼ਵ ਸ਼ਹਿਰ ਦਿਵਸ ਯਾਨੀ ਕਿ ਵਰਲਡ ਸਿਟੀਜ਼ ਡੇ ਕਦੋਂ ਆਬਜ਼ਰਵ ਕੀਤਾ ਜਾ ਰਿਹਾ ਹੈ 31 ਅਕਤੂਬਰ ਨੂੰ 31st ਅਕਤੂਬਰ ਨੂੰ ਵਰਲਡ ਸਿਟੀਜ਼ ਡੇ ਆਬਜ਼ਰਵ ਕੀਤਾ ਜਾਂਦਾ ਹੈ ਸੈਂਟਿਆਗੋ ਕਿਸ ਦੇਸ਼ ਦੀ ਰਾਜਧਾਨੀ ਹੈ ਸੈਂਟਿਆਗੋ define define countries the capital or currency important banakli kyunki agar koi bhi country news de vich rahi hai kisi bhi tarike nal ta usdi bhi puchli jandi hai for example santiego chile di capital hai santiego chile capital santiego hai currency ethe peso chaldi theek hai agar ta pa gal kariye ta ik fact is related discuss kar lena ki chile de vich cop 25 summit organize kita jana si ਪਰ ਬਾਅਦ ਦੇ ਵਿੱਚ ਇਹ ਪੋਸਟਪੋਨ ਕੀਤਾ ਗਿਆ ਸੀ ਔਰ ਇਸ ਨੂੰ ਸਪੇਨ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ ਸੀ ਸਪੇਨ ਦੀ ਕੈਪੀਟਲ ਮੈਦ੍ਰਿਡ ਹੈ ਉੱਥੇ ਇਸ ਨੂੰ ਆਰਗੇਨਾਈਜ਼ ਕੀਤਾ ਗਿਆ ਸੀ ਤਾਂ ਚਿਲੀ ਚਿਲੀ ਕੈਪੀਟਲ ਸੈਂਟਿਆਗੋ ਕਰੰਸੀ ਪੀਸੋ ਹਾਈਤੀ ਹਾਈਤੀ ਕੰਟਰੀ ਜਿਹੜੀ ਇਸ ਦੀ ਕੈਪੀਟਲ ਹੈ ਪੋਰਟੋ ਪ੍ਰਿੰਸ ਪੋਰਟੋ ਪ੍ਰਿੰਸ ਇਜ਼ ਦੀ ਕੈਪੀਟਲ ਹੈ ਕਰੰਸੀ ਗੋਰਡ ਦੀ ਚੱਲਦੀ ਹੈ ਨੋਰੂ ਨੋਰੂ ਕੈਪੀਟਲ ਯਰਨ ਕਰੰਸੀ ਡਾਲਰ ਹੈ ਟੋਂਗੋ टोंगो कैपिट टोंगो जी करंसी इसकी कैपिटल है मेरे माइंड चो स्किप कर रही है नोफकू नोफकू समथिंग सी नाकू अलाफा नाकू अलाफा करंसी पांगा चलती है नाकू अलाफा करंसी पांगा चलती है नेक्स्ट गोटाबाया राजपक्षा एन गोटाबाया राजपक्षा किस कंट्री दे प्रेसिडेंट ने राष्ट्रपति ने ठीक है बेसिकली अगर आप गल करते हैं श्रीलंका आंसर है श्रीलंका तो श्रीलंका फैमिली का राज है अगर आप गल करते पहले भी डिस्कस कियाजपक्षशा फैमिल इतने की हैड है यानी कि इतने प्राइम मिनिस्टर और प्रेजिडेंट दोनों राजपक्षा फैमिली तो बिलोंग करते हैं तो गोटाबाया राजपक्षा श्रीलंका के प्रेजिडेंट ने और महेंद्र राजपक्षशा महेंद्र राजपक्षशा इथे दे प्राइम मिनिस्टर ने ठीक है जी इस अलावा श्रीलंका कैपिटल जयवर्देपुरे कोटे जयवरदे पूरे कोटे या इस तो अलावा कोलंबो भी कैपिटल इतने की और करंसी इतने श्रीलंकन रूपी चलती तो अलावा थाईलैंड थाईलैंड वैसे प्र प्राइम मिनिस्टर ने नहीं पूछे जाने क्योंकि काफ़ी पहले तो ही अपॉइंट किए जा चुके दो हज़ार चौदह तो यही चल रहे हैं कैपिटल बैंको कै करंसी इंपोर्टेंट रहेगी बैंकॉक कैपिटल बैंकॉक है करंसी भट्ट बांग्लादेश बांग्लादेश कैपिटल ढाका करंसी टका है ਇਥੇ ਦੇ ਹੈਡ ਪੁੱਛੇ ਜਾ ਸਕਦੇ ਨੇ ਕਿਉਂਕਿ ਬਾਰ-ਬਾਰ ਨਿਊਜ਼ ਦੇ ਵਿੱਚ ਚੱਲ ਰਹੇ ਨੇ ਇੰਡੀਆ ਦੇ ਨਾਲ ਐਗਰੀਮੈਂਟ ਸਾਈਨ ਕੀਤੇ ਗਏ ਅਗਰ ਆਪਾਂ ਕੁਝ ਟਾਈਮ ਪਹਿਲੇ ਦੀ ਗੱਲ ਕਰਦੇ ਹਾਂ ਔਰ ਇਸ ਤੋਂ ਇਲਾਵਾ ਰੇਲ ਲਿੰਕ ਓਪਨ ਕੀਤਾ ਗਿਆ ਬੰਗਲਾਦੇਸ਼ ਦੇ ਨਾਲ ਫੈਨੀ ਰੀਵਰ ਕਰਕੇ ਨਿਊਜ਼ ਦੇ ਵਿੱਚ ਰਹਿੰਦਾ ਹੈ ਫੈਨੀ ਰੀਵਰ ਬਣਾਇਆ ਗਿਆ ਬੰਗਲਾਦੇਸ਼ ਦੇ ਨਾਲ ਇਸ ਕਰਕੇ ਫੈਨੀ ਰੀਵਰ ਦੇ ਉੱਤੇ ਜਿਹੜਾ ਬ੍ਰਿਜ ਬਣਾਇਆ ਗਿਆ ਉਹ ਇੰਪੋਰਟੈਂਟ ਰਹੇਗਾ ਜੋ ਕਿ ਤ੍ਰਿਪੁਰਾ ਦੇ ਨਾਲ ਲਿੰਕ ਕੀਤਾ ਜਾ ਰਿਹਾ ਇੱਕ ਰੇਲਵੇ ਲਿੰਕ ਉਹ ਵੀ ਇੰਪੋਰਟੈਂਟ ਰਹੇਗਾ ਇਸ ਤੋਂ ਇਲਾਵਾ ਹੋਰ ਵੀ ਕਾਫੀ ਚੀਜ਼ਾਂ ਕਰਕੇ ਬੰਗਲਾਦੇਸ਼ ਨਿਊਜ਼ ਦੇ ਵਿੱਚ ਰਹਿੰਦਾ ਤੇ ਇਸ ਕਰਕੇ ਆਪਾਂ ਡਿਸਕਸ ਕਰ ਲੈਨੇ ਆ ਸ਼ੇਖ ਹਸਿਨਾ ਸ਼ੇਖ ਹਸਿਨਾ ਬੰਗਲਾਦੇਸ਼ ਦੇ ਹੈੱਡ ਨੇ ਇਸ ਤੋਂ ਇਲਾਵਾ ਇੰਪੋਰਟੈਂਟ ਰਹੇਗਾ ਕਿਉਂਕਿ ਸ਼ੇਖ ਮਾਜੀਬੁਰ ਰਹਿਮਾਨ ਸ਼ੇਖ ਮਾਜੀਬੁਰ ਰਹਿਮਾਨ ਜੋ ਕਿ ਬੰਗਲਾਦੇਸ਼ ਦੇ ਫਾਦਰ ਦੇ ਨਾਮ ਤੋਂ ਜਾਣੇ ਜਾਂਦੇ ਨੇ ਇਹਨਾਂ ਦੀ ਬਰਥ ਐਨੀਵਰਸਰੀ ਆ ਰਹੀ ਹੈ ਇੰਪੋਰਟੈਂਟ ਰਹੇਗਾ ਇਸ ਤੋਂ ਇਲਾਵਾ ਬੰਗਲਾਦੇਸ਼ ਦਾ ਇੰਡੀਪੈਂਡੈਂਸ ਜੇ ਵੀ ਆ ਰਿਹਾ ਜੋ ਕਿ ਇਹਨਾਂ ਦੁਆਰਾ ਆਬਜ਼ਰਵ ਕੀਤਾ ਜਾਏਗਾ ਜਿਸ ਦੇ ਵਿੱਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ ਵੀ ਇਨਵਾਈਟ ਕੀਤਾ ਗਿਆ ਮਲੇਸ਼ੀਆ ਮਲੇਸ਼ੀਆ ਦੀ ਗੱਲ ਕਰਦੇ ਆ ਮਲੇਸ਼ੀਆ ਕੈਪੀਟਲ ਕੋਲਾ ਲੰਪੁਰ ਹੈ ਕਰੰਸੀ ਰਿੰਗਟ ਹੈ ਮਲੇਸ਼ੀਆ ਦੇ ਹੈੱਡ ਇੰਪੋਰਟੈਂਟ ਬਣ ਗਏ ਰੀਸੈਂਟਲੀ ਅਪਾਇੰਟ ਕੀਤੇ ਗਏ ਸੀ ਪ੍ਰਾਈਮ ਮਿਨਿਸਟਰ ਮੁਹਯੂਦੀਨ ਯਾਸੀਨ ਮੁਹਯੂਦੀਨ ਯਾਸੀਨ ਮਲੇਸ਼ੀਆ ਠੀਕ ਹੈ ਜੀ ਨੈਕਸਟ ਹੈ ਕਿਸ ਰਾਜ ਵਿੱਚ ਗੰਗੋਤਰੀ ਨੈਸ਼ਨਲ ਪਾਰਕ ਗੰਗੋਤਰੀ ਨੈਸ਼ਨਲ ਪਾਰਕ ਕਿਸ ਰਾਜ ਦੇ ਵਿੱਚ ਹੈ ਕਿਸ ਸਟੇਟ ਦੇ ਵਿੱਚ ਹੈ ਤਾਂ ਗੰਗੋਤਰੀ نیشنل پارک ਹੈ ਉੱਤਰਾਖੰਡ ਦੇ ਵਿੱਚ ਠੀਕ ਹੈ ਜੀ ਡਿਫਰੈਂਟ ਡਿਫਰੈਂਟ نیشنل ਪਾਰਕਸ ਅਗਰ ਆਪਾਂ ਗੱਲ ਕਰਦੇ ਆਂ ਉੱਤਰਾਖੰਡ ਦੇ ਹੀ ਤਾਂ ਉੱਤਰਾਖੰਡ ਦੇ ਵਿੱਚ ਜਿਮ ਕੋਰਬੇਟ نیشنل پارک ਗੰਗੋਤਰੀ نیشنل پارک ਗੋਵਿੰਦ نیشنل پارک ਨੰਦਾਦੇਵੀ نیشنل پارک ਰਾਜਾਦੀ نیشنل پارک ਵੈਲੀ ਆਫ ਫਲਾਵਰਸ نیشنل پارک ਇਸ ਤਰੀਕੇ ਨਾਲ ਹਰ ਇੱਕ نیشنل پارک ਹੈ ਜਿਹੜਾ ਯਾਦ ਰੱਖਾਂਗੇ ਔਰ बार-बार ਰਿਵੀਜ਼ਨ ਕਰਦੇ ਚੱਲਾਂਗੇ ਤਾਂ इजीली ਯਾਦ ਹੋ ਜਾਣਗੇ ਹਿਮਾਚਲ ਪ੍ਰਦੇਸ਼ ਕਈ ਵਾਰ ਡਿਸਕਸ ਕੀਤਾ ਆਪਾਂ ਨੇ ਗ੍ਰੇਟ ਹਿਮਾਲੀਅਨ हिमाचल हिमालयन ग्रेट हिमालयन नेशनल पार्क पिन वैली इंदर किला इस अलावा तो खिर गंगा बाड़ा ये नैशनल पार्क हिमाचल प्रदेश के गुजरात वंसदा वंसदा नैशनल पार्क ब्लैक बक नैशनल पार्क गिर नैशनल पार्क इस अलावा तो गुजरात के रन ऑफ कच्छ इंपोर्टेंट रहेगा वाइल्डलाइफ सेंचुरी भी है जम्मू कश्मीर जम्मू कश्मीर सलीम अली ਸਲੀਮ ਅਲੀ ਨੈਸ਼ਨਲ ਪਾਰਕ ਕਈ ਵਾਰ ਪੁੱਛਿਆ ਗਿਆ ਡਾਇਰੈਕਟ ਕੁਐਸਚਨ ਪੁੱਛਿਆ ਗਿਆ ਕਿਉਂਕਿ ਸਲੀਮ ਅਲੀ ਨੈਸ਼ਨਲ ਪਾਰਕ ਜੰਮੂ ਕਸ਼ਮੀਰ ਦੇ ਵਿੱਚ ਹੈ ਪਰ ਸਲੀਮ ਅਲੀ ਵਾਇਲਰ ਸੈਂਚਰੀ ਇਹ ਜੋ ਜਾਂ ਸਲੀਮ ਅਲੀ ਬਰਡ ਸੈਂਚਰੀ ਕਹਿ ਸਕਦੇ ਹਾਂ ਇਹ ਗੋਆ ਦੇ ਵਿੱਚ ਹੈ ਠੀਕ ਹੈ ਇੱਥੇ ਕਨਫਿਊਜ਼ਨ ਕ੍ਰੀਏਟ ਕਰਨ ਦੇ ਲਈ ਕੁਐਸਚਨ ਪੁੱਛਿਆ ਜਾਂਦਾ ਹੈ ਇਸ ਤੋਂ ਇਲਾਵਾ ਦਾਚੀਗਮ ਨੈਸ਼ਨਲ ਪਾਰਕ ਹੋਏਗਾ ਕਿਸ਼ਤਵਾਰ ਕਿਸ਼ਤਵਾਰ ਨੈਸ਼ਨਲ ਪਾਰਕ ਵੀ ਜੰਮੂ ਕਸ਼ਮੀਰ ਦੇ ਵਿੱਚ ਹੈ ਨੈਕਸਟ ਹੈ ਏਕੋ ਸੈਂਬੋ एको ਸੰਬੋ ਡੈਮ ਇੱਕ ਜਿਸ ਨੂੰ ਵੋਲਟਾ ਡੈਮ ਕਿਹਾ ਜਾਂਦਾ ਸੀ ਠੀਕ ਹੈ ਇਹ ਕਿਹਾ ਜਾਂਦਾ ਹੈ ਇਹ ਕਿਸ ਦੇਸ਼ ਦੇ ਵਿੱਚ ਹੈ ਕਿਸ ਦੇਸ਼ ਦੇ ਵਿੱਚ ਹੈ 에코 ਸੰਬੋ ਡੈਮ ਜਾਂ ਵੋਲਟਾ ਡੈਮ ਇੰਪੋਰਟੈਂਟ ਰਹੇਗਾ ਘਾਣਾ ਦੇ ਵਿੱਚ ਫਰਸਟ অপਸ਼ਨ ਘਾਣਾ ਘਾਣਾ ਦੀ ਗੱਲ ਕਰਦੇ ਹਾਂ ਘਾਣਾ ਕੈਪੀਟਲ ਐਕਰਾ ਘਾਣਾ ਕੈਪੀਟਲ ਐਕਰਾ ਹੈ ਕਰੰਸੀ ਸੀਡੀ ਚੱਲਦੀ ਹੈ ਠੀਕ ਹੈ ਇਸ ਤੋਂ ਇਲਾਵਾ ਜੈਂ ਜੰਬੀਆ ਨਹੀਂ ਹੈ ਗੈਂਬੀਆ ਗੈਂਬੀਆ ਆਏਗਾ ਥੇ ਜੀ ए ਐਨ ਬੀ ਆ ਗੈਂਬੀਆ ਜਿਹੜੀ ਗੈਂਬੀਆ ਕੈਪੀਟਲ ਹੈ ਗੈਂਬੀਆ ਦੀ ਅਗਰ ਆਪਾਂ ਗੱਲ ਕਰੀਏ ਕੈਪੀਟਲ ਦੀ ਤਾਂ ਬੰਜੂਲ ਗੈਂਬੀਆ ਕੈਪੀਟਲ ਬੰਜੂਲ ਹੈ ਕਰੰਸੀ ਡਲਾਸੀ ਚਲਦੀ ਹੈ ਡਲਾਸੀ Mali Mali ਕੈਪੀਟਲ ਬਾਮਾਕੋ Mali ਕੈਪੀਟਲ ਬਾਮਾਕੋ ਹੈ ਕਰੰਸੀ ਫ੍ਰੈਂਕ ਚਲਦੀ ਹੈ ਬੇਸਿਕਲੀ Mali ਉਹਨਾਂ 8 ਅਫਰੀਕਨ ਕੰਟਰੀਜ਼ ਦੇ ਵਿੱਚੋਂ ਇੱਕ ਹੈ ਜਿਸ ਦੀ ਕਰੰਸੀ ਨੂੰ ਅਨਾਉਂਸ ਕੀਤਾ ਗਿਆ ਸੀ ਕਿ ਫ੍ਰੈਂਕ ਤੋਂ Mali ਕੈਪੀਟਲ ਬਾਮਾਕੋ ਕਰੰਸੀ ਫ੍ਰੈਂਕ ਚਲਦੀ ਹੈ ਤਾਂ ਕਰੰਸੀ ਹੈ ਜਿਹੜੀ ਫ੍ਰੈਂਕ ਤੋਂ ਈਕੋ ਕਰਨ ਦੇ ਲਈ ਅਨਾਉਂਸ ਕੀਤਾ ਗਿਆ ਸੀ ਹਾਲਾਂਕਿ ਬਾਅਦ ਦੇ ਵਿੱਚ ਇਸ ਨੂੰ ਫਾਈਨਲ ਅਪਰੂਵਲ ਹਜੇ ਤੱਕ ਨਹੀਂ ਆਈ ਹੈ ਪਰ ਇਸ ਕਰਕੇ ਹਜੇ ਵੀ ਅਪਨ ਨੂੰ ਫ੍ਰੈਂਕ ਡਿਸਕਸ ਕਰਾਂਗੇ ਤਾਂ ਮਾਲੀ ਕੈਪੀਟਲ ਬਾਮਾਕੋ ਕਰੰਸੀ ਫ੍ਰੈਂਕ ਨਾਈਜੀਰੀਆ ਨਾਈਜੀਰੀਆ ਕੈਪੀਟਲ ਅਬੂਜਾ ਕਰੰਸੀ ਨਾਇਰਾ ਚਲਦੀ ਹੈ ਨਾਈਜੀਰੀਆ ਕੈਪੀਟਲ ਅਬੂਜਾ ਕਰੰਸੀ ਨਾਇਰਾ ਅਸਾਮ ਦੀ ਰਾਜਧਾਨੀ ਅਸਮ ਅਸਮ ਦੇ ਰਿਲੇਟਡ ਕਾਫੀ ਇੰਪੋਰਟੈਂਟ ਅਗਰ ਆਪਾਂ ਗੱਲ ਕਰਦੇ ਹਾਂ ਕੈਪੀਟਲ ਕੈਪੀਟਲ ਕੀ ਹੈ ਤਾਂ ਅਸਮ ਦੀ ਕੈਪੀਟਲ ਹੈ ਡਿਸਪੁਰ ਠੀਕ ਹੈ ਹਰ ਇੱਕ ਨੂੰ ਪਤਾ ਹੋਏਗਾ ਥਰਡ অপਸ਼ਨ ਇਸ ਤੋਂ ਇਲਾਵਾ ਅਗਰ ਅਸਮ ਦੇ ਕੁਝ ਫੈਕਟ ਡਿਸਕਸ ਕਰੀਏ ਤਾਂ ਅਸਮ ਦੇ ਵਿੱਚ ਆਪਾਂ ਡਿਸਕਸ ਕਰਿਆ ਸੀ ਸਤਾਰੀਆ ਸਤਰੀਆ ਜਾਂ ਸਤਾਰੀਆ ਡਾਂਸ ਹੋਮ ਇੰਪੋਰਟੈਂਟ ਰਹੇਗਾ ਅਸਮ ਦੇ ਚੀਫ ਮਿਨਿਸਟਰ ਸਰਬਨੰਦ ਸੈਨੋਵਾਲ ਨੇ ਠੀਕ ਹੈ ਅਸਮ ਦੇ ਗਵਰਨਰ ਦੀ ਗੱਲ ਕਰਦੇ ਹਾਂ ਜਗਦੀਸ਼ ਮੁਖੀ ਨੇ ਜਗਦੀਸ਼ ਮੁਖੀ ਠੀਕ ਹੈ ਜੀ ਸਰਬਨੰਦ ਸੈਨੋਵਾਲ ਨੂੰ ਪੋਲਿਟਿਕਸ ਲਈ ਅਵਾਰਡ ਵੀ ਦਿੱਤਾ ਗਿਆ ਸੀ ਯਾਦ ਰੱਖਾਂਗੇ ਇੰਪੋਰਟੈਂਟ ਰਹੇਗਾ ਇਸ ਤੋਂ ਇਲਾਵਾ ਅਸਮ ਦੀ ਅਗਰ ਗੁਹਾਟੀ ਸਿਟੀ ਦੀ ਗੱਲ ਕਰਦੇ ਹਾਂ ਫਰਸਟ ਆਪਸ਼ਨ ਗੁਹਾਟੀ ਗੁਹਾਟੀ ਸਿਟੀ ਦੀ ਗੱਲ ਕਰਦੇ ਹਾਂ ਤਾਂ ਇੱਥੇ 3rd ਖੇਲੋ ਇੰਡੀਆ ਗੇਮਸ ਆਰਗੇਨਾਈਜ਼ ਕਿੱਥੇ ਗਏ 3rd ਖੇਲੋ ਇੰਡੀਆ ਗੇਮਸ ਕਿੱਥੇ ਆਰਗੇਨਾਈਜ਼ ਕੀਤੇ ਗਏ ਸੀ ਅਸਮ ਦੀ ਗੁਹਾਟੀ ਦੇ ਵਿੱਚ ਠੀਕ ਹੈ ਜੀ ਗੁਹਾਟੀ ਕਿਹੜੀ ਰੀਵਰ ਦੇ ਕਿਨਾਰੇ ਹੈ ਤਾਂ ਬ੍ਰਹਮਪੁੱਤਰ ਰੀਵਰ ਦੇ ਕਿਨਾਰੇ ਹੈ ਠੀਕ ਹੈ ਜੀ ਬ੍ਰਹਮਪੁੱਤਰਾ ਤੋਂ ਯਾਦ ਰੱਖਾਂਗੇ ਬ੍ਰਹਮਪੁੱਤਰਾ ਕਰੂ ਸੇਰਵਿਸ ਬ੍ਰਹਮਪੁੱਤਰਾ ਕਰੂ ਸੇਰਵਿਸ ਦਿਬਰੂਗੜ ਦਿਬਰੂਗੜ ਦੇ ਵਿੱਚ ਸ਼ੁਰੂ ਕੀਤੀ ਗਈ ठीक है इसके इलावा अगर गल करते हैं गुवाहाटी के गुवाहाटी के एक रेलवे लिंक भी बनाया गया सॉरी रेलवे लिंक नहीं कहेंगे केबल स्टेड ब्रिज के केबल स्टेट ब्रिज बनाया गया सी रोपे जिसनों कहे रोपवे इंपोर्टेंट रहेगा रोपवे कितने लगाया गया गुहाटी के ठीक है एक गुजरात के लगया गया से एक के लगाया गया इसको इलावा वन पॉइंट एट किलोमीटर से जोड़ा इंपोर्टेंट रहेगा इस अलावा अगर गल करते हैं सिलचर सिलचर सिटी की गल कर यह भी न्यूज़ रही स रीसेंटली मल्टी मॉडल लॉजिस्टिक पार्क मल्टी मॉडल लॉजिस्टिक पार्क नितिन गडकरी द्वारा अनाउंसमेंट की गई थी सिलचर असम के ठीक है जी इंपोर्टेंट रहेगा सारी चीज़ा याद रखा नैक्सट है, हैमिस हैमिस नैशनल पार्क एक क्वेश्चन है जरा यह कई बार एग्जाम पूछा जा चुका है कदों तो बाद दो हज़ार उन्नीस तो बाद ਠੀਕ ਹੈ ਇਹ ਕਿਉਂ ਪੁੱਛਿਆ ਜਾ ਰਿਹਾ 2020 ਦੇ ਵਿੱਚ ਜਿਹੜੇ ਐਗਜ਼ਾਮਸ ਹੋਏ ਨੇ ਉਹਨਾਂ ਦੇ ਵਿੱਚ ਕਈ ਵਾਰ ਪੁੱਛਿਆ ਗਿਆ ਹੈ ਕਾਫੀ ਐਗਜ਼ਾਮਸ ਦੇ ਵਿੱਚ ਪੁੱਛਿਆ ਗਿਆ ਕਿਉਂਕਿ ਇਹ ਜਿਹੜਾ ਨੈਸ਼ਨਲ ਪਾਰਕ ਹੁੰਦਾ ਸੀ ਜੰਮੂ ਕਸ਼ਮੀਰ ਦੇ ਵਿੱਚ ਹੁੰਦਾ ਸੀ ਠੀਕ ਹੈ ਜੰਮੂ ਕਸ਼ਮੀਰ ਔਰ ਲਦਾਖ ਨੂੰ ਡਿਵਾਈਡ ਕੀਤਾ ਗਿਆ 31 ਅਕਤੂਬਰ 2019 ਡੇਟ ਇੰਪੋਰਟੈਂਟ ਰਹੇਗੀ ਉਸ ਤੋਂ ਬਾਅਦ ਲਦਾਖ ਦੇ ਵਿੱਚ ਚਲਾ ਗਿਆ ਇਕਲੋਤਾ ਨੈਸ਼ਨਲ ਪਾਰਕ ਹੈਮਿਸ ਨੈਸ਼ਨਲ ਪਾਰਕ ਠੀਕ ਹੈ ਹੈਮਿਸ ਨੈਸ਼ਨਲ ਪਾਰਕ ਇੰਪੋਰਟੈਂਟ ਰਹੇਗਾ ਕਈ ਵਾਰ ਪੁੱਛਿਆ ਗਿਆ ਕਿੱਥੇ ਹੈ ਲਦਾਖ ਦੇ ਵਿੱਚ ਠੀਕ ਹੈ ਜੀ ਇਸ ਤੋਂ ਇਲਾਵਾ ਜਿਹੜੇ ਆਪਾਂ ਡਿਸਕਸ ਕੀਤੇ ਕਿ ਬਾਕੀ ਜਿਹੜੇ ਸੀਗੇ ਸਲੀਮ ਅਲੀ ਹੋ ਗਿਆ ਦਾਚੀਗਮ ਹੋ ਗਿਆ ਜਾਂ ਇਸ ਤੋਂ ਇਲਾਵਾ ਕਿਸ਼ਤਵਾਰ ਹੋ ਗਿਆ ਤਾਂ ਇਹ ਕਿੱਥੇ ਰਹਿ ਗਏ ਜੰਮੂ ਕਸ਼ਮੀਰ ਦੇ ਵਿੱਚ ਠੀਕ ਹੈ ਜੀ ਔਰ ਸਭ ਤੋਂ ਵੱਡਾ ਨੈਸ਼ਨਲ ਪਾਰਕ ਇੰਡੀਆ ਦਾ ਇਸ ਕਰਕੇ ਵੀ ਇੰਪੋਰਟੈਂਟ ਹੈ ਹੈਮਿਸ ਨੈਸ਼ਨਲ ਪਾਰਕ ਇਸ ਤੋਂ ਇਲਾਵਾ ਰਾਜਸਥਾਨ ਦੇ ਨੈਸ਼ਨਲ ਪਾਰਕਸ ਆਪਾਂ ਡਿਸਕਸ ਕੀਤੇ ਹੋਏ ਨੇ ਰਾਜਸਥਾਨ ਦੇ ਡਿਸਕਸ ਕੀਤੇ ਹੋਏ ਨੇ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਵੀ ਆਪਾਂ ਡਿਸਕਸ ਕਰ ਲਏ ਨੇ जिन्हें भी नेशनल पार्कस ने हर एक नेशनल पार्क इंपोर्टेंट बनेगा ठीक है असम की अगर आप गल दें एक इंपोर्टेंट नैशनल पार्क याद रखेंगे रायमोना रायमोना हाल ही देख बनाया गया रायमोना नैशनल पार्क असम का छेवं नैशनल पार्क ठीक है इस तु तो अलावा डिब्रू साइकोवा काजीरंगा मानस नामेरी और ओरंग नैशनल पार्क तो ऑलरेडी असम है किसी? ठीक है जी अच्छा क्वेश्चन पूछते हैं इतने एक हल्का जहा कि ज ਸਟੈਡੀ ਕੁਸ਼ਨ ਦੇ ਵਿੱਚ ਪੁੱਛਿਆ ਜਾਏਗਾ ਕਿ ਕਿਹੜੇ ਵਾਈਲਡਲੈਸ ਸੈਂਚਰੀ ਨੂੰ ਕਿਹੜੀ ਵਾਈਲਡਲਾਈਫ ਸੈਂਚਰੀ ਨੂੰ ਅਸਮ ਦੇ ਵਿੱਚ ਕਿਹੜੀ ਵਾਈਲਡਲੈਸ ਸੈਂਚਰੀ ਨੂੰ ਅਸਮ ਦੇ ਵਿੱਚ ਮਿਨੀ ਕਾਜ਼ੀਰੰਗਾ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਮਿਨੀ ਕਾਜ਼ੀਰੰਗਾ ਠੀਕ ਹੈ ਕਾਜ਼ੀਰੰਗਾ ਦੇ ਵਿੱਚ ਜਿਹੜੇ ਵਨ ਹੌਰ ਰਾਇਨੋ ਦੇ ਲਈ ਫੇਮਸ ਹੈ ਕਾਜ਼ੀਰੰਗਾ ਨੈਸ਼ਨਲ ਪਾਰਕ ਤਾਂ اسی ਤਰੀਕੇ ਨਾਲ ਮਿਨੀ ਕਾਜ਼ੀਰੰਗਾ ਨੈਸ਼ਨਲ ਪਾਰਕ ਕਿਸ ਨੈਸ਼ਨਲ ਕਿਸ ਵਾਈਲਡਲੈਸ ਸੈਂਚਰੀ ਨੂੰ ਕਿਹਾ ਗਿਆ ਕਰਿਆਲਾ ਕਰਿਆਲਾ ਲੋਕ ਡਰਾਮਾ ਇਸ ਅਦਾਜ ਦਾ ਹੈ ਠੀਕ ਹੈ ਫੋਕ ਡਾਂਸਿਸ ਹੋਗੇ ਫੋਕ ਡਰਾਮਸ ਹੋਗੇ ਜਾਂ ਕਲਾਸਿਕਲ ਡਾਂਸਿਸ ਹੋਗੇ ਇਹ ਡਾਇਰੈਕਟਲੀ ਕੁਐਸਚਨ ਪੁੱਛੇ ਜਾਂਦੇ ਨੇ ਸਟੱਡੀ ਦੇ ਵਿੱਚ ਤੱਕਰੀਆਲਾ ਕਲਚਰ ਦੇ ਫਾਰਮ ਦੇ ਵਿੱਚ ਪੁੱਛੇ ਜਾਂਦੇ ਨੇ ਤੱਕਰੀਆਲਾ ਲੋਕ ਡਰਾਮਾ ਇਹ ਕਿਸ ਅਦਾਜ ਦਾ ਹੈ ਕਿਸ ਸਟੇਟ ਦਾ ਹੈ ਤਾਂ ਹਿਮਾਚਲ ਹਿਮਾਚਲ ਪ੍ਰਦੇਸ਼ ਦਾ ਕਿਥੇ ਹਿਮਾਚਲ ਪ੍ਰਦੇਸ਼ ਠੀਕ ਹੈ ਜੀ ਇਸ ਤੋਂ ਇਲਾਵਾ ਅਗਰ ਛਤੀਸਗੜ੍ਹ ਦੇ ਫੋਕ ਡਾਂਸਿਸ ਦੇ ਵਿੱਚੋਂ ਸੌਰੀ ਹਿਮਾਚਲ ਪ੍ਰਦੇਸ਼ ਦੇ ਫੋਕ ਡਾਂਸਿਸ ਦੇ ਵਿੱਚੋਂ ਕੁਝ ਇੰਪੋਰਟੈਂਟ ਡਿਸਕਸ ਕਰੀਏ ਤਾਂ ਆਪਾਂ ਡਿਸਕਸ ਕੀਤਾ ਸੀ ਨਾਤੀ कई बार डिस्कस कर लिया ने पूछा जाएगा नाती दांगी, नाती इस झेली झेली और झोरा झोरा नैश आ, फोक डांस भी हिमाचल प्रदेश है जम्मू कश्मीर की अगर आप गल करते हैं तो रौफ एंड चक्री, रौफ और चक्री, रौफ और चक्री जम्मू कश्मीर वेस्ट बेंगोल वैसट बेंगोल्ब जात्रा जात्रा इंपोर्टेंट रहेगा अलावा काथी काथी इंपोर्टेंट रहेगा जा वेस्ट बेंगोल ਛੱਤੀਸਗੜ੍ਹ ਦੇ ਵਿੱਚ ਇੱਕ ਇੰਪੋਰਟੈਂਟ ਡਾਂਸ ਫਾਰਮ ਕਈ ਵਾਰ ਪੁੱਛਿਆ ਗਿਆ ਹੈ ਗੋਰ ਮਰੀਆ ਗੋਰ ਮਰੀਆ ਡਾਂਸ ਫਾਰਮ ਇਹ ਜਿਹੜਾ ਇਹ ਛੱਤੀਸਗੜ੍ਹ ਦਾ ਹੈ ਛੱਤੀਸਗੜ੍ਹ ਦੇ ਵਿੱਚ ਗੋਰ ਮਰੀਆ ਇਸ ਤੋਂ ਇਲਾਵਾ ਰੌਤ 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 ਡਾਂਸ ਫਾਰਮ ਵੀ ਛੱਤੀਸਗੜ੍ਹ ਦਾ ਹੈ ਸੰਯੁਕਤ ਰਾਸ਼ਟਰ ਦਾ ਆਬਾਦੀ ਫੰਡ ਜਾਂ ਕਹਾਂਗੇ ਯੂਨਾਈਟਿਡ ਨੇਸ਼ਨ ਪੋਪੂਲੇਸ਼ਨ ਪੋਪੂਲੇਸ਼ਨ ਫੰਡ ਯੂਨਾਈਟਿਡ ਨੇਸ਼ਨ ਫਾਰ ਪੋਪੂਲੇਸ਼ਨ ਏਜੰਸੀ ਇਹ ਜਿਹੜੀ ਇਹ ਕਿੱਥੇ ਹੈ ਯੂਨਾਈਟਿਡ ਨੇਸ਼ਨ ਫਾਰ ਪੋਪੂਲੇਸ਼ਨ ਏਜੰਸੀ ਇਹ ਕਿੱਥੇ ਹੈ ਤਾਂ ਇਸ ਨੂੰ ਹੈੱਡਕੁਆਰਟਰ ਹੈ ਨਿਊਯਾਰਕ ਦੇ ਵਿੱਚ ਯੂਨ ਯੂਨ ਜਿੱਥੇ ਯੂਨ ਅਗਰ ਆਪਾਂ ਗੱਲ ਕਰਦੇ ਹਾਂ ਯੂਨ ਦੀ ਇੱਕ ਬੋਡੀ ਹੈ ਸਬਸਿਡਰੀ ਹੈ ਤਾਂ ਯੂਨ ਦਾ ਹੈੱਡਕੁਆਰਟਰ ਵੀ ਨਿਊਯਾਰਕ ਦੇ ਵਿੱਚ ਹੈ ਇਸ ਨੂੰ ਕਦੋਂ ਬਣਾਇਆ ਗਿਆ ਸੀ ਤਾਂ ਇਸ ਨੂੰ 1969 ਦੇ ਵਿੱਚ ਬਣਾਇਆ ਗਿਆ ਸੀ ਯੂਨ ਐਫ ਪੀ ਏ 1969 ਦੇ ਵਿੱਚ ਬਣਾਇਆ ਗਿਆ ਸੀ ਨਟਾਲੀਆ ਕਲੇਮ ਨਟਾਲੀਆ ਕਨੇਮ ਇਸ ਦੇ ਹੈਡ ਨੇ ਔਰ ਇਸ ਤੋਂ ਜੇ ਅਗਰ ਯੂਨ ਦੀ ਗੱਲ ਕਰਦੇ ਹਾਂ ਯੂਨਾਈਟਿਡ ਨੇਸ਼ਨਸ ਦੀ ਗੱਲ ਕਰਦੇ ਹਾਂ ਤਾਂ ਇਹ ਬਣਾਇਆ ਗਿਆ ਸੀ 1945 ਦੇ ਵਿੱਚ 24 ਅਕਤੂਬਰ 1945 ਦੇ ਵਿੱਚ ਬਣਾਇਆ ਗਿਆ ਸੀ ਹਾਲਾਂ ਹੀ ਦੇ ਵਿੱਚ ਪਿਛਲੇ ਸਾਲ ਆਪਾਂ ਨੇ ਇਸ ਦੀ 75th ਐਨੀਵਰਸਰੀ ਅਬਜ਼ਰਵ ਕੀਤੀ ਇੰਪੋਰਟੈਂਟ ਰਹੇਗੀ ਔਰ ਯੂਨ ਦੇ ਹੈਡ ਦੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਯੂਨ ਦੇ ਹੈਡ ਪੋਰਟੂਗਲ ਤੋਂ ਬਿਲੋਂਗ ਕਰਦੇ ਨੇ ਐਂਟੋਨੀਓ ਗੂਟਰਸ ਐਂਟੋਨੀਓ ਗੂਟਰਸ ਕੈਨੇਡਾ हालांकि दे टेन ओवर भी इनक्रीज़ किया गया ठीक है इन्हों का टेनओवर इनक्रीज़ किया गया इंपोर्टेंट रहेगा लंडन केमेनैसी इंटरैशनल हैडकुआट है जेडे बच्चे पहली बार देख रहे हैं क्लास उन्होंने दस रहे हैं, पहले आप डिस्कस किया होनेस इंटरैशनल हैडकुआटर लंडन कॉमनवैल्थ का हैडकुआर लंडन ठीक है इंपोर्टेंट रहेगा इस अलावा वर्ल्ड गोल्ड काउंसल का हैडकुआर भी लंडन वीआना ऑस्ट्रिया ਵਿਆਨਾ ਆਸਟਰੀਆ ਦੇ ਵਿੱਚ ਇੱਕ ਇੰਪੋਰਟੈਂਟ ਹੈੱਡਕੁਆਟਰ ਹੈ ਇਹ ਤੁਸੀਂ ਦੱਸੋਗੇ ਕਮੈਂਟ ਬਾਕਸ ਦੇ ਵਿੱਚ ਇਹ ਆਪਾਂ ਦੋ ਵਾਰ ਡਿਸਕਸ ਕਰ ਚੁੱਕੇ ਹਾਂ ਆਈ ਥਿੰਕ ਪਰਸੋ ਦੀ ਕਲਾਸ ਦੇ ਵੀ ਡਿਸਕਸ ਕੀਤਾ ਸੀ ਸ਼ਾਇਦ ਵਿਆਨਾ ਆਸਟਰੀਆ ਹੈੱਡਕੁਆਟਰ ਕਿਹੜਾ ਹੈ ਵਿਆਨਾ ਆਸਟਰੀਆ ਦੇ ਵਿੱਚ ਇਸ ਤੋਂ ਇਲਾਵਾ ਜੇਨੇਵਾ ਦੀ ਅਗਰ ਆਪਾਂ ਗੱਲ ਕਰਦੇ ਹਾਂ ਜੇਨੇਵਾ ਜੇਨੇਵਾ ਦੇ ਵਿੱਚ ਹੈੱਡਕੁਆਟਰ ਸਭ ਤੋਂ ਇੰਪੋਰਟੈਂਟ ਹੈੱਡਕੁਆਟਰ WHO ਦਾ ਸਭ ਤੋਂ ਪਹਿਲੇ ਤਾਂ WHO ਦਾ ਹੈੱਡਕੁਆਟਰ ਕਿੱਥੇ ਹੈ ਜੇਨੇਵਾ ਦੇ ਵਿੱਚ ठीक है जी इंपोर्टेंट रहेगा इसके अलावा तो अगर आप गल भी काफ़ी हैडक्वाटर ने जेनेवा जनेवा स्विट्जरलैंड है ठीक है नैक्स्ट मौजूदा वणज और मंत्री वणज और उद्योग मंत्री, मंत्री यानी कि अगर आप गल करते हैं कॉमर्स एंड इंडस्ट्रीज मिनिस्टर कॉमर्स एंड इंडस्ट्रीज मिनिस्टर कौन ने कमर्स एंड इंडस्ट्रीज मिनिस्टर ने पीयूष गोयल पीयूष गोयल कॉमर्स एंड इंडस्ट्रीज़ मिनिस्टर ने ठीक है जी रेलवे मिनिस्टर पीयूष गोयल कॉमर्स एंड इंडस्ट्रीज मिनिस्टर पीयूष गोयल फूड एंड पब्लिक डिस्ट्रीब्यूशन मिनिस्टर भी पीयूष गोयल ने और इस अलावा इन्ह लवे कंज्यूमर अफेयर्स मिनिस्टर यानी कि खपतकार मामलों की खपत मंत्रालय भी इन्हों ही दिता गया ठीक है राज्यसभा एम पी ने महाराष्ट्र तो राम विलास पासवान की डैथ तो बाद इन फूड एंड पब्लिक डिस्ट्रीब्यूशन और कंज्यूमर अफेयरस मिनिस्ट्री दिती गई थी राम विलास पासवान पटना बिहार तो लोग सभा एम पी पटना बिहार सॉरी राम विलास पासवान राज्यसभा एम पी से राज्यसभा एम पी से बिहार तो ठीक है जी गिरिराज सिंह गिरिराज सिंह लवे फिशरीज़ मिनिस्टरी है गिरिराज सिंह लवे फिशरीज़ मिनिस्टरी है इंपोर्टेंट मिनिस्टरी या रखा गजेंद्र सिंह शेखावत गजेंद्र सिंह शेखावत लवे जल शक्ति मिनिस्ट्री जल शक्ति मिनिस्ट्री प्रहलाद जोशी प्रहलाद जोशी की अगर आप गल करते प्रहलाद जोशी लवे पार्लियामेंट्री अफेयर्स मिनिस्ट्री है पार्लियामेंट्री अफेयर्स कोल मिनिस्ट्री यानी कि कोला मिनिस्ट्री और माइन मिनिस्ट्री इतने कि किना लवे प्रहलाद जोशी लवे विश्व संगीत दिवस ਵਿਸ਼ਵ ਸੰਗੀਤ ਦਿਵਸ ਹਰ ਸਾਲ ਕਦੋਂ ਆਬਜ਼ਰਵ ਕੀਤਾ ਜਾਂਦਾ ਹੈ ਯਾਨੀ ਕਿ ਵਰਲਡ 뮤ਜ਼ਿਕ ਡੇ ਆਬਜ਼ਰਵ ਕੀਤਾ ਜਾਂਦਾ ਹੈ 21st ਆਫ ਜੂਨ ਨੂੰ 21st ਜੂਨ ਨੂੰ ਵਰਲਡ 뮤ਜ਼ਿਕ ਡੇ ਆਬਜ਼ਰਵ ਕੀਤਾ ਜਾਂਦਾ ਹੈ ਨੈਕਸਟ ਹੈ ਜਾਪਾਨ ਦੀ ਕਰੰਸੀ ਜਾਪਾਨ ਜਾਪਾਨ ਦੀ ਕਰੰਸੀ ਦੀ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਜਾਪਾਨ ਦੇ ਵਿੱਚ ਕਰੰਸੀ ਜਿਹੜੀ ਚੱਲਦੀ ਹੈ ਉਹ ਹੋ ਹੈਗੀ ਹੈ ਯੇਨ ਠੀਕ ਹੈ ਜਾਪਾਨ ਕੈਪੀਟਲ ਟੋਕੀਓ ਹੈ ਕਰੰਸੀ ਯਨ ਚਲਦੀ ਹੈ ਇੰਪੋਰਟੈਂਟ ਰਹੇਗੀ ਜਾਪਾਨ ਦੇ ਵਿੱਚ ਟੋਕੀਓ 올림픽ਸ ਆਰਗੇਨਾਈਜ਼ ਕੀਤੇ ਜਾਣੇ ਨੇ ਟੋਕੀਓ 올림픽ਸ 2020 ਦੇ ਵਿੱਚ ਆਰਗੇਨਾਈਜ਼ ਕੀਤੇ ਜਾਣੇ ਸੀ ਕੋਵਿਡ 19 ਕਾਰਨ ਪੋਸਟਪੋਨ ਕੀਤੇ ਗਏ 21 ਦੇ ਵਿੱਚ ਆਰਗੇਨਾਈਜ਼ ਕੀਤੇ ਜਾਣਗੇ ਠੀਕ ਹੈ ਹਾਲਾਂਕਿ ਇਹ ਵੀ ਕੋਈ ਫਾਈਨਲ ਨਹੀਂ ਹੈ ਕਿਉਂਕਿ ਟੋਕੀਓ ਦੇ ਵਿੱਚ ਵੀ ਕੋਵਿਡ 19 ਦੇ ਕੇਸਿਸ ਇਨਕਰੀਸ ਹੋ ਰਹੇ ਨੇ ਤਾਂ ਹੋ ਸਕਦਾ ਇਸ ਨੂੰ ਦੁਬਾਰਾ ਪੋਸਟਪੋਨ ਕੀਤਾ ਜਾਵੇ ਜਾਂ ਕੈਨਸਲ ਕੀਤਾ ਜਾਵੇ ਠੀਕ ਹੈ ਇਸ ਤੋਂ ਇਲਾਵਾ ਕਵੈਸਚਨ ਕੀ ਪੁੱਛਿਆ ਜਾ ਸਕਦਾ ਟੋਕੀਓ 올ਿਮਪਿਕਸ ਦੀ ਅਗਰ ਆਪਾਂ ਗੱਲ ਕਰਦੇ ਆਂ ਜਾਂ ਪਹਿਲੇ ਜਾਪਾਨ ਦੀ ਗੱਲ ਕਰ ਲੈਨੇ ਆਂ ਤਾਂ ਜਾਪਾਨ ਦੇ ਪ੍ਰਾਈਮ ਮਿਨਿਸਟਰ ਸ਼ਿੰਜੋ ਆਬੇ ਹੁੰਦੇ ਸੀ ਸ਼ਿੰਜੋ ਆਬੇ ਇਹਨਾਂ ਦਾ ਰੈਜ਼ਿਗਨੇਸ਼ਨ ਤੋਂ ਬਾਅਦ ਇਹ ਲੋਂਗੇਸਟ ਸਰਵਿੰਗ ਪ੍ਰਾਈਮ ਮਿਨਿਸਟਰ ਰਹੇ ਕਿਨੇ ਜਾਪਾਨ ਦੇ ਇਹਨਾਂ ਤੋਂ ਬਾਅਦ ਯੋਸ਼ਿਦਾਈ ਸੁਗਾ ਯੋਸ਼ਿਦਾਈ ਸੁਗਾ ਪੁਆਇੰਟ ਕਿਤੇ ਗਏ ਜਾਪਾਨ ਦੇ ਪ੍ਰਾਈਮ ਮਿਨਿਸਟਰ ਠੀਕ ਹੈ ਇੰਪੋਰਟੈਂਟ ਰਹੇਗਾ ਨਾਮ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਆਂ ਟੋਕੀਓ 올ਿਮਪਿਕਸ ਦੇ ਵਿੱਚ ਇੰਡੀਆ ਦੇ ਲਈ ਐਮਬੈਸਡਰ ਇੰਡੀਆ ਦੇ ਵਿੱਚੋਂ ਐਮਬੈਸਡਰ ਕੌਣ ਅਪਾਇੰਟ ਕੀ ਤਾਂ ਉਹਨਾਂ ਦਾ ਨਾਮ ਹੈ BCCI ਦੇ ਚੇਅਰਮੈਨ ਜਿਹੜੇ ਸੌਰਵ ਗਾਂਗੂਲੀ ਸੌਰਵ ਗਾਂਗੂਲੀ ਇਹ ਕੁਐਸਚਨ ਜ਼ਰੂਰ ਪੁੱਛਿਆ ਜਾ ਸਕਦਾ ਹੈ ਨੈਕਸਟ ਹੈ ਅਲਮਾਈਤੀ ਅਲਮਾਈਤੀ ਡੈਮ ਕਰਨਾਟਕ ਰਾਜ ਵਿੱਚ ਹੈ ਇਹ ਕਿਸ ਨਦੀ ਦੇ ਬਣਿਆ ਹੋਇਆ ਹੈ ਅਲਮੇਤੀ ਅਲਮੇਤੀ ਡੈਮ ਜਾਂ ਅਲਮਾਈਤੀ ਡੈਮ ਕਹੀਏ ਤਾਂ ਇਹ ਇਹ ਜਿਹੜਾ ਡੈਮ ਹੈ ਇਹ ਕਿਸ ਨਦੀ ਦੇ ਉੱਤੇ ਹੈ ਡਾਇਰੈਕਟਲੀ ਅਨਸਰ ਦਾ ਦੇ ਦਿੰਦਾ ਹੈ ਕਿ ਕਰਨਾਟਕਾ ਦੇ ਵਿੱਚ ਹੈ ਤਾਂ ਰਿਵਰ ਦੀ ਅਗਰ ਆਪਾਂ ਗੱਲ ਕਰਦੇ ਤਾਂ ਰਿਵਰ ਹੈ ਕ੍ਰਿਸ਼ਨਾ ਕ੍ਰਿਸ਼ਨਾ ਰਿਵਰ ਦੇ ਉੱਤੇ ਅਲਮਤੀ ਡੈਮ ਬਣਿਆ ਹੋਇਆ ਠੀਕ ਹੈ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਹਾਂ ਕਾਲੀ ਰਿਵਰ ਕਾਲੀ ਰਿਵਰ ਦੇ ਉੱਤੇ ਸੂਪਾ ਡੈਮ ਹੈ ਸੂਪਾ ਡੈਮ ਹੈ ਕਰਨਾਟਕਾ ਦਾ ਕਾਫੀ ਫੇਮਸ ਡੈਮ ਹੈ ਵੀ ਕਾਲੀ ਰਿਵਰ ਦੇ ਉੱਤੇ ਸੂਪਾ ਠੀਕ ਹੈ ਇਸ ਤੋਂ ਇਲਾਵਾ ਕਾਵੇਰੀ ਕਾਵੇਰੀ ਰਿਵਰ ਵੀ ਕਰਨਾਟਕਾ ਦੇ ਵਿੱਚੋਂ ਫਲੋ ਕਰਦੀ ਹੈ ਤੁੰਗਬੱਦਰ ਰਿਵਰ ਵੀ ਕਰਨਾਟਕਾ ਦੇ ਵਿੱਚੋਂ ਫਲੋ ਕਰਦੀ ਹੈ ਤਾਂ ਕਰਨਾਟਕਾ ਦੇ ਵਿੱਚ ਵੀ ਕਾਵੇਰੀ ਰਿਵਰ ਦੇ ਉੱਤੇ ਵੀ ਇੱਕ ਇੰਪੋਰਟੈਂਟ ਡੈਮ ਹੈ ਔਰ ਤੁੰਗਬੱਦਰ ਰਿਵਰ ਦੇ ਉੱਤੇ ਵੀ ਕਾਵੇਰੀ ਰਿਵਰ ਦੇ ਉੱਤੇ ਤੁਸੀਂ ਸੁਣਿਆ ਸੁਣਿਆ ਹੋਵੇਗਾ ਰਾਸਾ राज सागर डैम कावेरी रिवर के है बदर रिवर के उत्तर तुंग डैम है ठीक है तुंग रिवर के उुंग बदर डैम ही है और तुंग डिस्ट्रिक्ट भी है कर्नाटक के बीच याद रखा नैक्स्ट इंटल इंटैल अगर आप गल करते हैं कंपनी है ठीक है जिस तरीके इंडिया की कंपनी इन्फोसिस है ठीक है एम ही टेक्नोलॉजी कंपनी है इंटैल Intel Corporation ਦਾ ਹੈੱਡਕੁਆਰਟਰ ਕਿੱਥੇ ਹੈ? ਯਾ ਕਹਾਂਗੇ ਕਿਹੜੀ ਕੰਟਰੀ ਦੀ ਇਹ ਕੰਪਨੀ ਹੈ? ਤਾਂ ਯੂਐਸਏ ਦੀ ਕੰਪਨੀ ਹੈ, ਯਾਨੀ ਕਿ ਕੈਲੀਫੋਰਨੀਆ। ਕੈਲੀਫੋਰਨੀਆ ਦੇ ਵਿੱਚ ਇਸ ਦਾ ਹੈੱਡਕੁਆਰਟਰ ਹੈ। ਠੀਕ ਹੈ, Intel ਯੂਐਸਏ ਦੀ ਇੱਕ ਕੰਪਨੀ ਹੈ ਜੋ ਕਿ ਕਾਫੀ ਫੇਮਸ ਹੈ ਟੈਕਨੋਲੋਜੀ ਦੇ ਲਈ, ਇਹ ਕੰਪਿਊਟਰਸ ਵਗੈਰਾ, ਇਹ ਮਾਈਕਰੋਚਿਪਸ ਵਗੈਰਾ ਬਣਾਉਣ ਦੇ ਲਈ। ਤਾਂ ਇਸ ਦੇ CEO ਨੇ Bob Heinz, Bob Heinz is this CEO ਨੇ, aur isnu banaya gaya si 1968 de vich. 1968 de vich banaya gaya si Intel. ਠੀਕ ਹੈ ਜੀ ਯਾਦ ਰੱਖਾਂਗੇ ਪੈਰਿਸ ਦੇ ਵਿੱਚ ਪੈਰਿਸ ਫਰਾਂਸ ਦੇ ਅਗਰ ਆਪਾਂ ਗੱਲ ਕਰਦੇ ਆਂ ਹੈੱਡ ਕੁਆਟਰ ਕਿਸ ਚੀਜ਼ ਦਾ ਹੈ ਤਾਂ ਯੂਨੈਸਕੋ ਦਾ ਯੂਨੈਸਕੋ ਦਾ ਹੈੱਡ ਕੁਆਟਰ ਕਿੱਥੇ ਹੈ ਪੈਰਿਸ ਫਰਾਂਸ ਦੇ ਵਿੱਚ ਹੈ ਇੰਪੋਰਟੈਂਟ ਰਹੇਗਾ ਬਾਕੀ ਇਹ ਚੀਜ਼ਾਂ ਆਪਾਂ ਡਿਸਕਸ ਕਰ ਲਈਏ ਹੁੱਕ ਪਕੜ ਪਾਵਰ ਪੋਜੀਸ਼ਨ ਸਕੂਪ ਉਹ ਸ਼ਰਤਾਂ ਹਨ ਜੋ ਕਿਸ ਖੇਡ ਨਾਲ ਹੁੰਦੀਆਂ ਹਨ ਬੇਸਿਕਲੀ ਕਿ ਕੁਝ ਟਰਮਸ ਹੁੰਦੀਆਂ ਨੇ ਹਰ ਇੱਕ ਗੇਮ ਦੇ ਵਿੱਚ ਫੋਰ ਐਗਜ਼ਾਮਪਲ ਕ੍ਰਿਕਟ ਦੇ ਵਿੱਚ ਠੀਕ ਹੈ ਡਿਫਰੈਂਟ ਡਿਫਰੈਂਟ ਟਰਮਸ ਹੁੰਦੀਆਂ ਨੇ ਠੀਕ ਹੈ ਇਸੇ ਤਰੀਕੇ ਨਾਲ ਅ ਅਗਰ ਆਪਾਂ ਗੱਲ ਕਰਦੇ ਹਾਂ ਹਾਕੀ ਦੇ ਵਿੱਚ ਡਿਫਰੈਂਟ ਡਿਫਰੈਂਟ ਟਰਮਸ ਹੁੰਦੀਆਂ ਨੇ ਤਾਂ ਇਸੇ ਤਰੀਕੇ ਨਾਲ ਹੁੱਕ ਪਕੜ ਪਾਵਰ ਪੋਜੀਸ਼ਨ ਯਾ ਸਕੂਪ ਇਹੇ ਜਿਹੜੀ ਟਰਮਸ ਨੇ ਇਹ ਕਿਸ ਗੇਮ ਨਾਲ ਜੁੜੀਆਂ ਹੋਈਆਂ ਨੇ ਇਸ ਤਰੀਕੇ ਦੇ ਕੁਐਸਚਨਸ ਕਾਫੀ ਰੇਅਰ ਹੁੰਦੇ ਨੇ ਪਰ ਪੁੱਛਲੇ ਜਾਂਦੇ ਨੇ ਠੀਕ ਹੈ ਤਾਂ ਇਸ ਇਹ ਜਿਹੜੀ ਟਰਮਸ ਨੇ weight lifting ਦੇ ਵਿੱਚ weight lifting ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ ਠੀਕ ਹੈ ਜੀ ਕਿਹੜੀ ਗੇਮ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ weight lifting ਦੇ ਵਿੱਚ ਅਗਰ ਆਪਾਂ ਗੱਲ ਕਰਦੇ ਆਂ ਸਾਈਕਲਿੰਗ ਦੀ ਤਾਂ ਸਾਈਕਲਿੰਗ ਦੇ ਰਿਲੇਟਡ ਇੱਕ ਇੱਕ ਫੈਕਟ ਯਾਦ ਰੱਖਾਂਗੇ ਕਿ ਸਾਈਕਲਿੰਗ ਨੂੰ ਜਿਹੜੀ ਆਪਾਂ ਹੁਣੇ ਡਿਸਕਸ ਕੀਤੇ ਸੀ ਗੁਹਾਟੀ ਦੇ ਵਿੱਚ ਖੇਲੋ ਇੰਡੀਆ ਗੇਮਸ ਦਾ 3rd ਐਡੀਸ਼ਨ ਹੋਇਆ ਸੀ ਉਸ ਦੇ ਵਿੱਚ ਫਰਸਟ ਟਾਈਮ ਐਡ ਕੀਤਾ ਗਿਆ ਸੀ ਸਾਈਕਲਿੰਗ ਗੇਮ ਨੂੰ ਉਸ ਦੇ ਵਿੱਚ ਫਰਸਟ ਟਾਈਮ ਐਡ ਕੀਤਾ ਗਿਆ ਸੀ ਅੱਛਾ ਅਗਰ ਆਪਾਂ ਗੱਲ ਕਰਦੇ ਆਂ 4th ਐਡੀਸ਼ਨ ਦੀ ਖੇਲੋ ਇੰਡੀਆ ਗੇਮਸ ਦੇ 4th ਐਡੀਸ਼ਨ ਦੀ ਗੱਲ ਕਰਦੇ ਆਂ ਤਾਂ 4th ਐਡੀਸ਼ਨ ਹਰਿਆਣਾ ਦੇ ਵਿੱਚ ਆਰਗੇਨਾਈਜ਼ ਕੀਤਾ ਜਾਏਗਾ ਪੰਚਕੁਲਾ ਹਰਿਆਣਾ ਦੇ ਵਿੱਚ ਅੱਛਾ ਉਸ ਦੇ ਵਿੱਚ ਵੀ ਗੇਮਸ ਨੂੰ ਐਡ ਕੀਤਾ ਗਿਆ ਅਗਰ ਸਾਈਕਲਿੰਗ ਨੂੰ 3rd ਐਡੀਸ਼ਨ ਦੇ ਵਿੱਚ ਤਾਂ 4th ਐਡੀਸ਼ਨ ਦੇ ਵਿੱਚ ਵੀ ਚਾਰ ਇੰਪੋਰਟੈਂਟ ਗੇਮਸ ਨੂੰ ਐਡ ਕੀਤਾ ਗਿਆ ਹੈ ਤਾਂ ਚਾਰ ਜਿਹੜੀ ਗੇਮਸ ਨੇ ਉਹ ਕਿਹੜੀਆਂ ਨੇ ਗੱਤਕਾ ਇੰਪੋਰਟੈਂਟ ਰਹੇਗੀ ਪੰਜਾਬ ਦੇ ਵਿੱਚੋਂ ਕਲਾਰੀ ਪਾਇਟੂ ਕਲਾਰੀ ਪਾਇਟੂ ਕੇਰਲਾ ਦੀ ਸਪੋਰਟਸ ਹੈ ਮਲਖਮ ਮਲਖਮ ਇੰਪੋਰਟੈਂਟ ਰਹੇਗਾ ਇਸ ਤੋਂ ਇਲਾਵਾ ਠੈਂਕਤਾ ਠੈਂਕਤਾ ਵੀ ਐਡ ਕੀਤੀ ਗਈ ਹੈ ਚਾਰ ਇੰਪੋਰਟੈਂਟ ਜ਼ਰੂਰੀ ਰਹਿਣਗੇ उधमपुर उधमपुर सभा हलका तो हेठ लिख्या कौन मंत्री हैं तो मंत्री ने उधमपुर जम्मू कश्मीर तो जितेंद्र सिंह जितेंद्र सिंह की कॉन्सटीट्युएंसी की है उधमपुर जम्मू कश्मीर डॉनर मिनिस्टर ने डेवलपमेंट ऑफ नॉर्थ ईस्ट रीजन राजनाथ सिंह डिफेंस मिनिस्ट्री ने डिफेंस मिनिस्टर राजनाथ सिंह और अगर आप गल करते हैं लखनऊ उत्तर प्रदेश लखनऊ उत्तर प्रदेश तो लोग सभा नितिन गडकरी नितिन गडकरी ने जेडे नागपुर महाराष्ट्र तो लोग सभा एम पी ने इना लवे एक तो अगर आप गल करते हैं रोड मिनिस्ट्री है रोड ट्रांसपोर्ट मिनिस्ट्री और दूसरी इन्होंने लवे एम एस एम ई है यानी कि माइक्रो समॉल मीडियम इंडस्ट्रीज मिनिस्ट्री राव इंद्रजीत सिंह प्रोग्राम मिनिस्ट्री मिनिस्टरी लवे दूसरी स्टैटिस्टिकल मिनिस्ट्री है और यह कितों मिनिस्टर ने तो यह ने ਅਗਰ ਆਪਾਂ ਗੱਲ ਕਰਦੇ ਗੁਰੂਗ੍ਰਾਮ ਗੁਰੂਗ੍ਰਾਮ ਹਰਿਆਣਾ ਤੋਂ ਰਾਓ 인ਦਰਜੀਤ ਸਿੰਘ ਗੁਰੂਗ੍ਰਾਮ ਹਰਿਆਣਾ ਤੋਂ ਲੋਕ ਸਭਾ ਐਮਪੀ ਨੈਕਸਟ ਹੈ ਪੇਚੀ ਡੈਮ ਪੇਚੀ ਡੈਮ ਦਾ ਨਿਰਮਾਣ ਭਾਰਤ ਦੇ ਕਿਸ ਰਾਜ ਦੇ ਵਿੱਚ ਕੀਤਾ ਗਿਆ ਡਿਫਰੈਂਟ ਡਿਫਰੈਂਟ ਡੈਮ ਜੇ ਅਗਰ ਆਪਾਂ ਗੱਲ ਕਰਦੇ ਆ ਤਾਂ ਪੇਚੀ ਪੇਜੀ ਜਿਹੜਾ ਡੈਮ ਹੈ ਇਹ ਕਿਹੜੀ ਸਟੇਟ ਦੇ ਵਿੱਚ ਬਣਾਇਆ ਗਿਆ ਸੀ ਤਾਂ ਕੇਰਲਾ ਦੇ ਵਿੱਚ ਕੇਰਲਾ ਦੇ ਥ੍ਰੀਸੂਰ ਥ੍ਰੀਸੂਰ ਸ਼ਹਿਰ ਦੇ ਵਿੱਚ ਪੇਚੀ ਡੈਮ ਬਣਾਇਆ ਗਿਆ ਸੀ ਠੀਕ ਹੈ ਜੀ ਇੰਪੋਰਟੈਂਟ ਰਹੇਗਾ इस तु इलावा अगर आप गल करते हैं हमने आपको कर्नाटक के डैम्स डिस्कस किए ठीक है इसतवा तमिलनाडु अगर आप गल करते हैं तो कावेरी रिवर कर्नाटका और तमिलनाडु के भी, भी फ्लो करती है तो कावेरी रिवर के उ एक फेमस डैम है मितूर, मितूर डैम कावेरी रिवर के उठीक है इस तुलावा तमिलनाडु के इंपोर्टेंट डैम है वैगई वैगई रिवर के उ वैगई डैम है ठीक है उड़ीसा उड़ीसा का सब तो फेमस डैम हीराकुंड डैम हर एक ने सुने होएगा ਇਸ ਦਾ ਕੋਈ ਵੀ ਬੱਚਾ ਨਹੀਂ ਹੋਏਗਾ ਜਿਸ ਨੇ ਹੀਰਾਕੁੰਡ ਡੈਮ ਨਾ ਸੁਨੇ ਹੋਵੇ ਹੀਰਾਕੁੰਡ ਡੈਮ ਰਿਵਰ ਕਿਹੜੀ ਦੇ ਉੱਤੇ ਹੈ ਤਾਂ ਮਹਾਨਦੀ ਰਿਵਰ ਦੇ ਉੱਤੇ ਹੈ ਮਹਾਨਦੀ ਰਿਵਰ ਦੇ ਉੱਤੇ ਹੀਰਾਕੁੰਡ ਡੈਮ ਹੈ ਓਡੀਸ਼ਾ ਦੇ ਵਿੱਚ ਠੀਕ ਹੈ ਸੰਬਲਪੁਰ ਦਾ ਜਿਹੜਾ ਏਰੀਆ ਹੈ ਬੇਸਿਕਲੀ ਉੱਥੇ ਬਣਿਆ ਹੋਇਆ ਹੈ ਇਸ ਤੋਂ ਇਲਾਵਾ ਮੰਦੀਰਾ ਡੈਮ ਵੀ ਓਡੀਸ਼ਾ ਦੇ ਵਿੱਚ ਹੀ ਪਾਇਆ ਜਾਂਦਾ ਹੈ ਨੈਕਸਟ ਇਹਨਾਂ ਦੇ ਵਿੱਚੋਂ ਕਿਹੜਾ ਹਵਾਈ ਅੱਡਾ ਪਹਿਲਾ ਸਹਾਰ ਅੰਤਰਰਾਸ਼ਟਰੀ ਹਵਾਈ ਅੱਡਾ ਵਜੋਂ ਜਾਣਿਆ ਜਾਂਦਾ ਸੀ ਇਸ ਦਾ ਨਾਮ ਪਹਿਲੇ ਸਹਾਰਾ ਇੰਟਰਨੈਸ਼ਨਲ 에ਅਰਪੋਰਟ ਸੀਗਾ ਤਾਂ ਕਿਹੜੇ ਦਾ ਨਾਮ ਸੀਗਾ ਇਹ ਇਹ ਨਾਮ ਸੀਗਾ ਛਤਰਪਤੀ ਸ਼ਿਵਾਜੀ ਇੰਟਰਨੈਸ਼ਨਲ 에ਅਰਪੋਰਟ ਦਾ ਛਤਰਪਤੀ ਸ਼ਿਵਾਜੀ ਇੰਟਰਨੈਸ਼ਨਲ 에ਅਰਪੋਰਟ ਕਿੱਥੇ ਹੈ ਮੁੰਬਈ ਦੇ ਵਿੱਚ ਹੈ ਹਰ ਇੱਕ ਨੂੰ ਪਤਾ ਹੈ ਇਸ ਦਾ ਨਾਮ ਪਹਿਲੇ ਕੀ ਸੀ ਸਹਾਰਾ ਇੰਟਰਨੈਸ਼ਨਲ ਹਵਾਈ ਅੱਡਾ ਕੈਂਪੇਗੋੜਾ ਕੈਂਪੇਗੋੜਾ ਅੰਤਰਰਾਸ਼ਟਰੀ ਹਵਾਈ ਅੱਡਾ ਬੈਂਗਲੁਰੂ ਦੇ ਵਿੱਚ ਹੈ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦਿੱਲੀ ਦੇ ਵਿੱਚ ਹੈ ਰਾਜੀਵ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਹੈਦਰਾਬਾਦ ਦੇ ਵਿੱਚ ਨੈਕਸਟ ਹੈ ਅੰਤਰਰਾਸ਼ਟਰੀ ਦੂਰ ਸੰਚਾਰ ਯੂਨੀਅਨ ਦਾ ਮੁੱਖ ਦਫ਼ਤਰ ਅੰਤਰਰਾਸ਼ਟਰੀ ਦੂਰ ਸੰਚਾਰ ਯੂਨੀਅਨ ਦਾ ਮੁੱਖ ਦਫ਼ਤਰ ਕਿੱਥੇ ਹੈ ਠੀਕ ਹੈ ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ ਦਾ ਹੈੱਡਕੁਆਟਰ ਤਾਂ ਇਸ ਦਾ ਹੈੱਡਕੁਆਟਰ ਹੈ ਜਿਹੜਾ ਇਹ ਹੈ ਜੇਨੀਵਾ ਸਵਿਟਜ਼ਰਲੈਂਡ ਦੇ ਵਿੱਚ ਠੀਕ ਹੈ ਜੇਨੀਵਾ ਸਵਿਟਜ਼ਰਲੈਂਡ ਦੇ ਵਿੱਚ ਕਈ ਹੈੱਡਕੁਆਟਰ ਨੇ ਮੈਂ ਪਹਿਲੇ ਵੀ ਦੱਸ ਚੁੱਕਿਆ ਹਾਂ ਕਿ ਕਈ ਹੈੱਡਕੁਆਟਰ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਕਾਫੀ ਜ਼ਿਆਦਾ ਇੰਪੋਰਟੈਂਟ ਬੰਦੇ ਠੀਕ ਹੈ WHO ਦਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਰਹੇਗਾ ਅੰਤਰਰਾਸ਼ਟਰੀ ਦੂਰ ਸੰਚਾਰ ਯੂਨੀਅਨ ਦਾ ਹੈਡਕ quarter ਵੀ ਜੇਨੇਵਾ ਸਵਿਟਜ਼ਰਲੈਂਡ ਦੇ ਵਿੱਚ ਠੀਕ ਹੈ ਜੀ ਇਸ ਨੂੰ ਇਸ ਦੇ ਹੈਡ ਨੇ ਹੌਲਿੰਝਾਓ ਔਰ ਇਸ ਨੂੰ 1865 ਦੇ ਵਿੱਚ ਬਣਾਇਆ ਗਿਆ ਸੀ ਠੀਕ ਹੈ ਜੀ ਤਾਂ ਜਿੰਨੀ ਵੀ ਚੀਜ਼ਾਂ ਆਪਾਂ ਨੇ ਡਿਸਕਸ ਕੀਤੀਆਂ ਨੇ ਅੱਜ ਦੇ ਲਈ ਬਸ ਇੰਨਾ ਹੀ ਆਈ ਹੋਪ ਤੁਹਾਨੂੰ ਸੈਸ਼ਨ ਪਸੰਦ ਆਇਆ ਹੋਵੇਗਾ ਹਰ ਇੱਕ ਚੀਜ਼ ਨੂੰ ਨੋਟ ਕਰਦੇ ਚੱਲਿਆ ਕਰੋ ਇੰਪੋਰਟੈਂਟ ਰਹੇਗੀ ਔਰ ਉਹਨਾਂ ਨੂੰ ਰਿਵਾਈਜ਼ ਕਰਦੇ ਚੱਲਿਆ ਕਰੋ ਠੀਕ ਹੈ ਜੀ ਥੈਂਕ ਯੂ ਫॉर ਵਾਚਿੰਗ ਦਾ ਸੈਸ਼ਨ ਗੁੱਡ ਬਾਏ